ਪ੍ਰੋਪੈਲਰ ਬਣਾਉਣ ਲਈ ਸਾਨੂੰ 2 ਪਲਾਸਟਿਕ ਦੇ ਚਮਚੇ, ਇੱਕ ਪਲਾਸਟਿਕ ਦੀ ਪਤਲੀ ਪਾਈਪ ਅਤੇ ਇੱਕ ਰਬੜ ਦੀ ਲੋੜ ਪਏਗੀ। ਰਬੜ ਵਿੱਚ ਕੈਂਚੀ ਦੇ ਨਾਲ 2 ਮੋਰੀਆਂ ਕਰ ਦਿਓ ਅਤੇ ਜਿਵੇਂ ਵਿਖਾਇਆ ਗਿਆ ਹੈ ਉਵੇਂ ਟੁੱਥਪਿਕ ਨੂੰ ਰਬੜ ਵਿੱਚ ਪਾ ਦਿਓ। ਹੁਣ ਪਲਾਸਟਿਕ ਦੇ ਚਮਚਿਆਂ ਨੂੰ ਰਬੜ ਵਿੱਚ ਕੀਤੀ ਮੋਰੀਆਂ ਵਿੱਚ ਪਾ ਦਿਓ। ਚਮਚਿਆਂ ਨੂੰ ਕੁਝ ਇਸ ਤਰ੍ਹਾਂ ਘੁਮਾਓ ਕਿ ਦੋਵੇਂ ਚਮਚੇ ਇੱਕ ਦੂਜੇ ਤੋਂ ਉਲਟ ਦਿਸ਼ਾ ਵਿੱਚ ਹੋਣ, ਜਿਵੇਂ ਪੱਖੇ ਦੇ ਪਰ ਹੁੰਦੇ ਨੇ। ਹੁਣ ਟੁੱਥਪਿਕ ਨੂੰ ਪਲਾਸਟਿਕ ਦੀ ਪਾਈਪ ਵਿੱਚ ਰੱਖ ਲਓ। ਪਲਾਸਟਿਕ ਪਾਈਪ ਨੂੰ ਹੱਥ ਵਿੱਚ ਫੜ ਲਓ ਅਤੇ ਪੱਖੇ ਥੱਲੇ ਚਲੇ ਜਾਓ। ਪ੍ਰੋਪੈਲਰ ਪੱਖੇ ਦੀ ਹਵਾ ਦੇ ਨਾਲ ਆਪ ਹੀ ਘੁੰਮਣ ਲੱਗ ਜਾਵੇਗਾ। ਇਸ ਨਾਲ ਤੁਸੀਂ ਬਹੁਤ ਹੀ ਸਸਤੇ ਅਤੇ ਵਧੀਆ ਘੁੰਮਣ ਵਾਲਾ ਖਿਡੌਣਾ ਬਣਾ ਸਕਦੇ ਹੋ।